ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਐਗਜ਼ਾਮ ਪੋਰਟਲ ਦੇ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਜੀਕੇ ਦੇ ਨਾਲ ਰਿਲੇਟਡ ਕੁਝ MCQs ਯਾਨੀ ਕਿ ਮਲਟੀਪਲ ਚੋਇਸ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ ਜੀ। ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਟੋਟਲ ਪਾਪੂਲੇਸ਼ਨ 2011 ਦੇ ਸੈਂਸਸ ਦੇ ਮੁਤਾਬਕ ਕਿੰਨੀ ਹੈ। ਤਾਂ ਤੁਹਾਡੀਆਂ ਆਪਸ਼ਨ ਨੇ, ਆਪਸ਼ਨ ਏ 2,07,04,236 ਪਰਸਨਸ, 1,98,71,392, 22,41,782 ਜਾਂ ਫਿਰ 3,09,67,352। ਤਾਂ ਇਹਦਾ ਆਂਸਰ ਹੈ ਜੀ ਆਪਸ਼ਨ ਏ 2,77,04,226। ਇਸ ਤੋਂ ਨੈਕਸਟ ਹੈ ਜੀ, ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਸਿਟੀ ਕਿਹੜਾ ਹੈ, ਵਿਚ ਇਜ਼ ਦ ਲਾਰਜੈਸਟ ਸਿਟੀ ਆਫ ਪੰਜਾਬ। ਆਪਸ਼ਨ ਏ ਅੰਮ੍ਰਿਤਸਰ, ਆਪਸ਼ਨ ਬੀ ਫਿਰੋਜ਼ਪੁਰ, ਆਪਸ਼ਨ ਸੀ ਲੁਧਿਆਣਾ ਜਾਂ ਆਪਸ਼ਨ ਡੀ ਜਲੰਧਰ। ਤਾਂ ਇਸਦਾ ਆਂਸਰ ਹੈ ਜੀ ਆਪਸ਼ਨ ਸੀ ਲੁਧਿਆਣਾ। ਨੈਕਸਟ ਕੁਐਸਚਨ ਹੈ ਜੀ, ਪੰਜਾਬ ਦੀ ਜਿਹੜੀ ਪਾਪੂਲੇਸ਼ਨ ਡੈਂਸਿਟੀ ਹੈ, ਟੋਟਲ ਪਾਪੂਲੇਸ਼ਨ ਡੈਂਸਿਟੀ, ਉਹ ਕਿੰਨੀ ਹੈ। ਦੋਸਤੋ, ਪਾਪੂਲੇਸ਼ਨ ਡੈਂਸਿਟੀ ਉਹ ਹੁੰਦੀ ਹੈ ਕਿ ਕਿਸੇ ਵੀ ਏਰੀਆ ਦੇ ਵਿੱਚ ਪਰ ਕਿਲੋਮੀਟਰ ਏਰੀਆ ਦੇ ਵਿੱਚ ਕਿੰਨੇ ਜਿਹੜੇ ਪਰਸਨ ਹੈ ਜਾਂ ਕਿੰਨੀ ਪਾਪੂਲੇਸ਼ਨ ਵੱਸਦੀ ਹੈ, ਦੈਟ ਇਜ਼ ਪਾਪੂਲੇਸ਼ਨ ਡੈਂਸਿਟੀ। ਤਾਂ ਪੰਜਾਬ ਦੀ ਪਾਪੂਲੇਸ਼ਨ ਡੈਂਸਿਟੀ ਕਿੰਨੀ ਹੈ? ਆਪਸ਼ਨ ਏ 482 ਪਰਸਨ ਪਰ ਸਕੇਅਰ ਕਿਲੋਮੀਟਰ, 550 ਪਰ ਸਕੇਅਰ ਕਿਲੋਮੀਟਰ, 503 ਪਰਸਨ ਪਰ ਸਕੇਅਰ ਕਿਲੋਮੀਟਰ ਜਾਂ ਫਿਰ 450 ਪਰਸਨ ਪਰ ਸਕੇਅਰ ਕਿਲੋਮੀਟਰ। ਤਾਂ ਤੁਹਾਡਾ ਆਂਸਰ ਹੈ ਜੀ ਆਪਸ਼ਨ ਬੀ, ਯਾਨੀ ਕਿ 550 ਪਰਸਨ ਪਰ ਸਕੇਅਰ ਕਿਲੋਮੀਟਰ ਦੇ ਜਿਹੜਾ ਕਿ ਐਵਰੇਜ ਪਾਪੂਲੇਸ਼ਨ ਡੈਂਸਿਟੀ ਹੈ ਪੰਜਾਬ ਦੀ, ਉਹ ਹੈਗੀ ਹੈ 550 ਪਰ ਸਕੇਅਰ ਕਿਲੋਮੀਟਰ ਦੀ। ਇਸ ਤੋਂ ਬਾਅਦ ਹੈ ਜੀ, ਪੰਜਾਬ ਦਾ ਟੋਟਲ ਜੀਓਗ੍ਰਾਫੀਕਲ ਏਰੀਆ ਕਿੰਨਾ ਹੈ ਜੀ? ਆਪਸ਼ਨ ਏ 50,632 ਸਕੇਅਰ ਕਿਲੋਮੀਟਰ, 50,840 ਕਿਲੋ ਸਕੇਅਰ ਕਿਲੋਮੀਟਰ, ਆਪਸ਼ਨ ਸੀ 66,250 ਸਕੇਅਰ ਕਿਲੋਮੀਟਰ ਜਾਂ ਫਿਰ ਆਪਸ਼ਨ ਡੀ 42,480 ਸਕੇਅਰ ਕਿਲੋਮੀਟਰ। ਤਾਂ ਇਹ ਜਿਹੜਾ ਤੁਹਾਡਾ ਆਂਸਰ ਹੈ, ਦੈਟ ਇਜ਼ ਆਪਸ਼ਨ ਏ, ਯਾਨੀ ਕਿ 50,632 ਸਕੇਅਰ ਕਿਲੋਮੀਟਰ। ਨੈਕਸਟ ਕੁਐਸਚਨ ਇਜ਼ ਕਿ ਜਿਹੜਾ ਜੇਲਮ ਦਰਿਆ ਦੋਸਤੋ, ਉਹਦਾ ਗ੍ਰੀਕ ਨੇਮ ਕੀ ਹੈ? ਵਟ ਇਜ਼ ਦ ਗ੍ਰੀਕ ਨੇਮ ਆਫ ਰਿਵਰ ਜੇਲਮ? ਤਾਂ ਆਪਸ਼ਨ ਏ ਹਾਈਦਸ ਪਾਸ, ਆਪਸ਼ਨ ਬੀ ਹਾਈਡਰਾਟਿਸ, ਆਪਸ਼ਨ ਸੀ ਹਾਈਫੇਸਿਸ, ਆਪਸ਼ਨ ਡੀ ਹੈਜ਼ੀਡਰੋਸ। ਤਾਂ ਇਹਦਾ ਆਂਸਰ ਹੈ, ਜਿਵੇਂ ਕਿ ਆਪਾਂ ਸਭ ਤੋਂ ਪਹਿਲੀ ਪੰਜਾਬ ਜੀਕੇ ਦੀ ਵੀਡੀਓ ਦੇ ਵਿੱਚ ਮੈਂ ਪਹਿਲਾਂ ਦੱਸ ਚੁੱਕਿਆ ਹਾਂ, ਤਾਂ ਇਹਦਾ ਆਂਸਰ ਹੈ ਜੀ ਆਪਸ਼ਨ ਏ, ਯਾਨੀ ਕਿ ਹਾਈਦਸ ਪਾਸ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ, ਮੀਰੀ ਪੀਰੀ ਦੀ ਜਿਹੜੀ ਤਲਵਾਰ ਹੈ, ਉਹ ਕਿਸ ਗੁਰੂ ਸਾਹਿਬਾਨ ਨੇ ਧਾਰਨ ਕੀਤੀ ਸੀ? ਇਹਦਾ ਆਂਸਰ ਵੀ ਮੈਂ ਪੰਜਾਬ ਜੀਕੇ ਦੀ ਵੀਡੀਓ ਦੇ ਵਿੱਚ ਦੇ ਚੁੱਕਿਆ ਹਾਂ ਦੋਸਤੋ। ਤਾਂ ਤੁਹਾਡੀਆਂ ਆਪਸ਼ਨਸ ਨੇ, ਆਪਸ਼ਨ ਏ ਗੁਰੂ ਹਰਗੋਬਿੰਦ ਸਾਹਿਬ ਜੀ, ਆਪਸ਼ਨ ਬੀ ਗੁਰੂ ਨਾਨਕ ਦੇਵ ਜੀ, ਆਪਸ਼ਨ ਸੀ ਗੁਰੂ ਤੇਗ ਬਹਾਦਰ ਜੀ ਤੇ ਆਪਸ਼ਨ ਡੀ ਗੁਰੂ ਗੋਬਿੰਦ ਸਿੰਘ ਜੀ। ਤਾਂ ਇਸ ਕੁਐਸਚਨ ਦਾ ਆਂਸਰ ਹੈ ਦੋਸਤੋ ਆਪਸ਼ਨ ਏ, ਯਾਨੀ ਕਿ ਗੁਰੂ ਹਰਗੋਬਿੰਦ ਸਿੰਘ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਇਸ ਕਰਕੇ ਧਾਰਨ ਕੀਤੀਆਂ ਸੀ ਕਿਉਂਕਿ ਇਹ ਇੱਕ ਸਿੰਬੋਲਿਕ ਉਹ ਮੈਸੇਜ ਦੇਣਾ ਚਾਹੁੰਦੇ ਸੀ ਆਪਣੇ ਸਮਾਜ ਨੂੰ ਕਿ ਜਿਹੜੀ ਮੀਰੀ ਦੀ ਤਲਵਾਰ ਹੈ ਉਹ ਜ਼ੁਲਮ ਦਾ ਟਾਕਰਾ ਕਰਨ ਲਈ, ਅਤੇ ਪੀਰੀ ਦੀ ਤਲਵਾਰ ਜਿਹੜੀ ਕਿ ਇੱਕ ਤਰ੍ਹਾਂ ਦਾ ਸ਼ਾਂਤੀ ਦਾ ਅਤੇ ਮਤਲਬ ਕਿ ਭਗਤੀ ਦਾ ਪ੍ਰਤੀਕ ਮੰਨੀ ਜਾਂਦੀ ਸੀ। ਤਾਂ ਇਹ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਧਾਰਨ ਕਰਿਆ ਕਰਦੇ ਸਨ। ਨੈਕਸਟ ਕੁਐਸਚਨ ਇਜ਼ ਕਿ ਪੰਜਾਬ ਕਿਹੜੇ ਸਿਟਰਸ ਫਰੂਟ ਦੇ ਵਿੱਚ ਜਿਹੜਾ ਸਭ ਤੋਂ ਵੱਧ ਪ੍ਰੋਡਕਸ਼ਨ ਕਰਦਾ? ਤਾਂ ਸਿਟਰਸ ਫਰੂਟਸ ਦੋਸਤੋ ਨਿੰਬੂ ਜਾਤੀ ਦੇ ਫਲਾਂ ਨੂੰ ਕਿਹਾ ਜਾਂਦਾ, ਜਿਵੇਂ ਕਿ ਮਾਲਟਾ, ਸੰਤਰਾ, ਕਿੰਨੂ, ਇਸ ਤਰ੍ਹਾਂ ਦੇ ਜਿਹੜੇ ਫਲ ਹੁੰਦੇ ਆ। ਤਾਂ ਤੁਹਾਡੀਆਂ ਆਪਸ਼ਨਸ ਨੇ, ਪਹਿਲਾ ਆਪਸ਼ਨ ਏ ਔਰੇਂਜ, ਆਪਸ਼ਨ ਬੀ ਲੈਮਨ, ਆਪਸ਼ਨ ਸੀ ਗ੍ਰੇਪਸ ਤੇ ਆਪਸ਼ਨ ਡੀ ਹੈ ਕਿੰਨੂ। ਤਾਂ ਦੋਸਤੋ ਇਹਦਾ ਆਂਸਰ ਹੈ ਆਪਸ਼ਨ ਡੀ, ਯਾਨੀ ਕਿ ਕਿੰਨੂ। ਪੰਜਾਬ ਦੇ ਵਿੱਚ ਜਿਹੜੀ ਕਿੰਨੂ ਦੀ ਪ੍ਰੋਡਕਸ਼ਨ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਖਾਸ ਕਰਕੇ ਅਬੋਹਰ ਫਾਜ਼ਿਲਕਾ ਦੇ ਏਰੀਆ ਦੇ ਵਿੱਚ ਕਿੰਨੂ ਬਹੁਤ ਜ਼ਿਆਦਾ ਜਿਹੜਾ ਹੈ ਪ੍ਰੋਡਿਊਸ ਕੀਤਾ ਜਾਂਦਾ। ਤਾਂ ਇਸਦਾ ਆਂਸਰ ਹੈ ਆਪਸ਼ਨ ਡੀ, ਯਾਨੀ ਕਿ ਕਿੰਨੂ। ਅਗਲਾ ਕੁਐਸਚਨ ਹੈ ਦੋਸਤੋ, ਆਪਰੇਸ਼ਨ ਫਲੱਡ ਜਿਹੜਾ ਹੈ ਉਹ ਕਿਸ ਚੀਜ਼ ਨਾਲ ਰਿਲੇਟਡ ਹੈ? ਤਾਂ ਆਪਰੇਸ਼ਨ ਫਲੱਡ ਦੇ ਬਾਰੇ ਵੀ ਮੈਂ ਤੁਹਾਨੂੰ ਐਗਰੀਕਲਚਰ ਦੀ ਵੀਡੀਓ ਦੇ ਵਿੱਚ ਦੱਸਿਆ ਹੋਇਆ। ਤਾਂ ਇਹਦੀਆਂ ਆਪਸ਼ਨਸ ਨੇ, ਆਪਸ਼ਨ ਏ ਫਿਸ਼ ਪ੍ਰੋਡਕਸ਼ਨ ਦੇ ਵਿੱਚ, ਆਪਸ਼ਨ ਬੀ ਫਲੱਡ ਕੰਟਰੋਲ ਲਈ, ਆਪਸ਼ਨ ਸੀ ਮਿਲਕ ਪ੍ਰੋਡਕਸ਼ਨ ਲਈ ਜਾਂ ਆਪਸ਼ਨ ਡੀ ਕਿੰਨੂ ਪ੍ਰੋਡਕਸ਼ਨ ਵਾਸਤੇ। ਤਾਂ ਇਸਦਾ ਆਂਸਰ ਹੈ ਦੋਸਤੋ ਆਪਸ਼ਨ ਸੀ, ਯਾਨੀ ਕਿ ਮਿਲਕ ਪ੍ਰੋਡਕਸ਼ਨ। ਆਪਰੇਸ਼ਨ ਫਲੱਡ ਦੇ ਜਿਹੜੇ ਪਾਇਨੀਅਰ ਮੰਨੇ ਜਾਂਦੇ ਆ ਉਹ ਡਾਕਟਰ ਵਰਗੀਜ਼ ਕਿਊਰੀਅਨ ਮੰਨੇ ਜਾਂਦੇ ਆ ਜੀ, ਜਿਹੜੇ ਕਿ ਦੁੱਧ ਦੀ ਕ੍ਰਾਂਤੀ ਆਪਣੇ ਦੇਸ਼ ਦੇ ਵਿੱਚ ਲੈ ਕੇ ਆਏ ਸਨ। ਇਸ ਤੋਂ ਅੱਗੇ ਹੈ ਜੀ, ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਫੋਡਰ ਕ੍ਰੋਪਸ ਪਾਈਆਂ ਜਾਂਦੀਆਂ?
वट आर द फॉडर क्रॉप्स फाउंड इन पंजाब? फॉडर क्रॉप्स दोस्तों होंदियां जिहड़ियां फसलां पशुओं के चारे के लिए वरतियां जांदियां। तां ऑप्शनस ने तुहाडियां, ऑप्शन ए बारले एंड ग्राम यानी कि जौ अते छोले, ऑप्शन बी बाजरा एंड ज्वार, ऑप्शन सी मेज एंड ज्वार ते ऑप्शन डी नन ऑफ दीज। तां इसका आंसर भी मैं एग्रीकल्चर वाली वीडियो विच दे चुके हैं, तां इसका आंसर है जी ऑप्शन बी यानी कि बाजरा अते ज्वार। नेक्स्ट नेक्स्ट क्वेश्चन है दोस्तों, सतलुज ते ब्यास दरिया कित्थे आके मिलते हैं? तां तुहाडियां ऑप्शनस ने नंगल, ऑप्शन बी रूपनगर, ऑप्शन सी सरहंद या ऑप्शन डी हरी के पत्तन। तो सतलुज ते ब्यास दरिया हैं जो दोस्तों वो हरी के पत्तन विखे आके जड़े हैं मिलते हैं। तो जो आंसर है वह है ऑप्शन डी हरी के पत्तन। इस तो बाद गल करते हैं जी, बचित्तर नाटक किस दी ऑटोबायोग्राफी है, यानी कि बचित्तर नाटक जो है किस गुरु साहबान की जी ऑटोबायोग्राफी मनी जाती है? दोस्तों ऑटोबायोग्राफी वो होंगी है यानी कि जीवनी, स्वै जीवनी जिन्हों आप कह दें, जो कि बंदा अपने जीवन बारे खुद कलमबद्ध करता है। तो बचित्तर नाटक जो है वो किस गुरु साहबान की ऑटोबायोग्राफी है? तो ऑप्शन ने ऑप्शन ए गुरु हरगोबिंद साहब जी की, ऑप्शन बी गुरु अंगद देव जी की, ऑप्शन सी गुरु गोबिंद सिंह जी, ऑप्शन डी गुरु नानक देव जी। तो दोस्तों इसका आंसर है ऑप्शन सी यानी कि गुरु गोबिंद सिंह जी। तो बचित्तर नाटक जो है वो श्री गुरु गोबिंद सिंह जी की ऑटोबायोग्राफी है। नेक्स्ट क्वेश्चन इज, तरन तारण जो टाउन है वो किस गुरु साहबान ने वसाया है? तो इसका आंसर भी मैं पंजाब जीके वाली वीडियो दे विच दे चुके हैं। तो ऑप्शन ने गुरु अमरदास जी, ऑप्शन बी गुरु अर्जन देव जी, ऑप्शन सी गुरु रामदास जी, ऑप्शन डी गुरु अंगद देव जी। तो इसका आंसर है जी ऑप्शन बी यानी कि गुरु अर्जन देव जी। नेक्स्ट क्वेश्चन इज, किहड़े गुरु साहबान नूं हिंद दी चादर कह के संबोधित किया जाता है? ऑप्शन ए गुरु तेग बहादुर जी, ऑप्शन बी गुरु नानक देव जी, ऑप्शन सी गुरु हरगोबिंद जी या ऑप्शन डी गुरु अर्जन देव जी। तो इसका आंसर है जी ऑप्शन ए यानी कि गुरु तेग बहादुर जी। नेक्स्ट क्वेश्चन इज, पंजाब का जिहड़ा दुआब रीजन है यानी कि दुआब का इलाका है, दुआब की धरती मतलब कि दो दरियावां दे विचकारला इलाका जो है यानी कि सतलुज ते ब्यास दे विचकारला जो इलाका है, उसके जिहड़े रीजन है उस दे विच किस तरह की सॉयल है जिहड़ी वो पाई जाती है? दोस्तों ये क्वेश्चन जो है वो रीसेंटली जिहड़ा अपने पंजाब पुलिस का ऑपरेटर का एग्जाम हो गया 6 तरीक नूं, उहदे विच क्वेश्चन ये आया होया कि दुआब रीजन दे विच किस तरह की सॉयल है जिहड़ी पाई जाती है। तुहाडे ऑप्शनस ने ऑप्शन ए लैटराइट सॉयल, ऑप्शन बी रैड सॉयल, ऑप्शन सी अलूवियल सॉयल या ऑप्शन डी ब्लैक सॉयल। तो इसका आंसर है दोस्तों ऑप्शन सी यानी कि अलूवियल सॉयल। तो ये तुसी याद रखना। इस तो अगे है जी, पंजाब दे विच नैट सोन एरिया जिहड़ा है वह किन्ना है? नैट सोन एरिया मतलब कि जिहड़ा कि टोटल टोटल नहीं, जिहड़ा कि कुल बिजाई वाला खेत्र है वो किन्ना है? वो है जी ऑप्शन ए 80%, ऑप्शन बी 93%, ऑप्शन सी 83% ते ऑप्शन डी 90%। तो पंजाब का जिहड़ा बिजाई योग खेत्र है दोस्तों वो है ऑप्शन सी यानी कि 83%। अगला क्वेश्चन है दोस्तों, पंजाब के किहड़े मेले दे विच डोंकी यानी कि गधे की पूजा की जाती है? तो ये तुहाडियां ऑप्शनस ने ऑप्शन ए कुराली का मेला, ऑप्शन बी जगराओं का मेला, ऑप्शन सी जरग का मेला या ऑप्शन डी छपार का मेला। तो इसका आंसर है दोस्तों ऑप्शन सी यानी कि जरग का मेला। जरग के मेले जो गधा है वो पूजा की जाती है माता की सवारी के वजो। अगला क्वेश्चन है दोस्तों, पंजाब दे विच टोटल लिटरेसी रेट जिहड़ा है यानी कि साखरता दर है वह किन्नी है? तो ऑप्शन ए 69.72%, ऑप्शन बी 69.69%, ऑप्शन डी ऑप्शन सी 69.71% या ऑप्शन डी 76.7%। ये तो आंसर है दोस्तों ऑप्शन डी 76.7% जो है वो पंजाब की जी साखरता दर है या लिटरेसी रेट है। अगला क्वेश्चन है दोस्तों, पंजाब दे विच सेक्स रेशो की है यानी कि लिंग अनुपात की है? तो वो ऑप्शन हैगी है ऑप्शन ए 933। सेक्स रेशो दोस्तों या लिंग अनुपात वो होंगे कि 1,000 मर्दों के पिछे या 1,000 मेल्स के पिछे किनिया फीमेल्स है,
ਤਾਂ ਇੱਥੇ ਮੈਂ ਫੀਮੇਲਸ ਦੀ ਜਿਹੜੀ ਗਿਣਤੀ ਹੈ ਉਹ ਪਰ 1000 ਮੇਲਸ ਦੇ ਪਿੱਛੇ ਦੱਸ ਰਿਹਾ ਤੁਹਾਨੂੰ। ਆਪਸ਼ਨ ਏ ਹੈਗੀ ਹੈ 933, ਆਪਸ਼ਨ ਬੀ 877, ਆਪਸ਼ਨ ਸੀ 893 ਅਤੇ ਆਪਸ਼ਨ ਡੀ 970। ਤਾਂ ਇਹਦਾ ਆਂਸਰ ਹੈ ਦੋਸਤੋ ਆਪਸ਼ਨ ਸੀ, ਯਾਨੀ ਕਿ 893। ਇਹਦੇ ਵਿੱਚ ਇਸ ਸੈਂਸਸ ਦੇ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਇਆ, ਤਾਂ ਇਹਦਾ ਆਂਸਰ ਆਪਸ਼ਨ ਸੀ 893। ਨੈਕਸਟ ਕੁਐਸਚਨ ਦੋਸਤੋ ਇਹ ਹੈ ਕਿ ਦੁਰਗਿਆਣਾ ਮੰਦਿਰ ਜੋ ਕਿ ਅੰਮ੍ਰਿਤਸਰ ਵਿਖੇ ਹੈ ਉਸ ਦੀ ਜਿਹੜੀ ਨੀਂਹ ਹੈ ਉਹ ਕਿਸਨੇ ਰੱਖੀ ਹੈ। ਦੋਸਤੋ ਇਹ ਕੁਐਸਚਨ ਵੀ ਰੀਸੈਂਟਲੀ ਜਿਹੜਾ ਆਪਰੇਟਰ ਦਾ ਪੇਪਰ ਹੋ ਕੇ ਹਟਿਆ 6 ਤਰੀਕ ਨੂੰ, ਉਹਦੇ ਵਿੱਚ ਆਇਆ ਹੋਇਆ ਕਿ ਦੁਰਗਿਆਣਾ ਮੰਦਿਰ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਕਿਸਨੇ ਰੱਖੀ ਹੈ। ਤਾਂ ਆਪਸ਼ਨ ਏ ਹੈ ਮਦਨ ਮੋਹਨ ਮਾਲਵੀਆ, ਆਪਸ਼ਨ ਬੀ ਪੰਡਿਤ ਜਵਾਹਰ ਲਾਲ ਨਹਿਰੂ, ਆਪਸ਼ਨ ਸੀ ਲਾਲਾ ਲਾਜਪਤ ਰਾਏ, ਆਪਸ਼ਨ ਡੀ ਗੋਪਾਲ ਕ੍ਰਿਸ਼ਨ ਗੋਖਲੇ। ਤਾਂ ਇਹਦਾ ਆਂਸਰ ਹੈ ਦੋਸਤੋ ਆਪਸ਼ਨ ਏ, ਮਦਨ ਮੋਹਨ ਮਾਲਵੀਆ। ਨੈਕਸਟ ਕੁਐਸਚਨ ਹੈ ਦੋਸਤੋ ਕਿ ਗੁੱਗਾ ਨੌਮੀ ਫੈਸਟੀਵਲ ਹੈ ਜਿਹੜਾ ਉਹ ਕਦੋਂ ਮਨਾਇਆ ਜਾਂਦਾ ਜਾਂ ਕਿਸ ਮੰਥ ਦੇ ਵਿੱਚ ਮਨਾਇਆ ਜਾਂਦਾ। ਤਾਂ ਤੁਹਾਡੀਆਂ ਆਪਸ਼ਨਸ ਨੇ ਆਪਸ਼ਨ ਏ ਫੱਗਣ ਦੇ ਵਿੱਚ, ਆਪਸ਼ਨ ਬੀ ਭਾਦੋਂ ਦੇ ਵਿੱਚ, ਆਪਸ਼ਨ ਸੀ ਚੇਤ ਦੇ ਵਿੱਚ ਜਾਂ ਆਪਸ਼ਨ ਡੀ ਵਿਸਾਖ ਦੇ ਵਿੱਚ। ਤਾਂ ਇਹਦਾ ਆਂਸਰ ਹੈ ਦੋਸਤੋ ਆਪਸ਼ਨ ਏ, ਯਾਨੀ ਕਿ ਫੱਗਣ ਮਹੀਨੇ ਦੇ ਵਿੱਚ ਗੁੱਗਾ ਨੌਮੀ ਦਾ ਤਿਉਹਾਰ ਮਨਾਇਆ ਜਾਂਦਾ। ਨੈਕਸਟ ਇਜ਼ ਕਿ ਸਰਪੇਸ਼ ਇੱਕ ਤਰ੍ਹਾਂ ਦਾ ਔਰਨਾਮੈਂਟ ਹੈ ਕਿ ਜਿਹੜਾ ਕਿ ਪਹਿਨਿਆ ਜਾਂਦਾ। ਸਰਪੇਸ਼ ਕੀ ਚੀਜ਼ ਹੁੰਦੀ ਹੈ? ਤਾਂ ਤੁਹਾਡੇ ਆਪਸ਼ਨ ਨੇ ਆਪਸ਼ਨ ਏ ਇੱਕ ਔਰਨਾਮੈਂਟ, ਯਾਨੀ ਕਿ ਸਜਾਵਟ ਦਾ ਜਿਹੜਾ ਗਹਿਣਾ ਹੈ ਉਹਨੂੰ ਔਰਨਾਮੈਂਟ ਕਹਿੰਦੇ ਆ। ਇੱਕ ਔਰਨਾਮੈਂਟ ਜੋ ਕਿ ਬਾਹਾਂ ਤੇ ਪਹਿਨਿਆ ਜਾਂਦਾ, ਠੀਕ ਹੈ ਜੀ, ਜਾਂ ਨੈਕ ਤੇ ਪਹਿਨਿਆ ਜਾਂਦਾ ਜਾਂ ਟਰਬਨ ਤੇ ਪਹਿਨਿਆ ਜਾਂਦਾ। ਤਾਂ ਇਸਦਾ ਆਂਸਰ ਹੈ ਦੋਸਤੋ ਆਪਸ਼ਨ ਸੀ, ਯਾਨੀ ਕਿ ਜੋ ਕਿ ਪਗੜੀ ਦੇ ਉੱਤੇ ਫਰੰਟ ਦੇ ਉੱਤੇ ਪਹਿਨਿਆ ਜਾਂਦਾ। ਤਾਂ ਤੁਹਾਡਾ ਆਪਸ਼ਨ ਹੈ ਆਪਸ਼ਨ ਸੀ। ਨੈਕਸਟ ਕੁਐਸਚਨ ਇਜ਼ ਕਿ ਜਿਹੜਾ ਚਨਾਬ ਦਰਿਆ ਹੈ ਉਸਦਾ ਪੁਰਾਤਨ ਨਾਮ ਕੀ ਹੈ? ਤਾਂ ਪੁਰਾਤਨ ਨਾਮ ਦੇ ਲਈ ਤੁਹਾਡੀਆਂ ਆਪਸ਼ਨਸ ਨੇ ਵਿਆਸਾ, ਰੁਪਾਸਾ ਜਾਂ ਸੀ ਸਿੰਧੂ ਜਾਂ ਆਪਸ਼ਨ ਡੀ ਅਸਿਕਨੀ। ਤਾਂ ਤੁਹਾਡਾ ਜਿਹੜਾ ਆਂਸਰ ਹੈ ਦੈਟ ਇਜ਼ ਆਪਸ਼ਨ ਡੀ, ਯਾਨੀ ਕਿ ਅਸਿਕਨੀ। ਅਗਲਾ ਕੁਐਸਚਨ ਹੈ ਦੋਸਤੋ ਕਿ ਜਿਹੜੀ ਪੰਜਾਬ ਸਟੇਟ ਦੀ ਲਾਹੌਰ ਟ੍ਰੀਟੀ ਹੋਈ ਸੀ ਜਾਂ ਲਾਹੌਰ ਸੰਧੀ ਹੋਈ ਸੀ ਉਹਦੇ ਵਿੱਚ ਪੰਜਾਬ ਦਾ ਜਿਹੜਾ ਰੀਜੈਂਟ ਯਾਨੀ ਕਿ ਪੰਜਾਬ ਦੇ ਜਿਹੜਾ ਪ੍ਰਤੀਨਿਧ ਸੀ ਉਹ ਕਿਸ ਨੂੰ ਬਣਾਇਆ ਗਿਆ ਸੀ? ਤਾਂ ਤੁਹਾਡੇ ਆਪਸ਼ਨ ਨੇ ਆਪਸ਼ਨ ਏ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਆਪਸ਼ਨ ਬੀ ਛੱਤਰ ਸਿੰਘ ਅਟਰੀਵਾਲ, ਆਪਸ਼ਨ ਸੀ ਰਾਣੀ ਜਿੰਦਾ ਜਾਂ ਆਪਸ਼ਨ ਡੀ ਬਦਨ ਸਿੰਘ। ਤਾਂ ਤੁਹਾਡਾ ਜਿਹੜਾ ਆਂਸਰ ਹੈ ਉਹ ਹੈ ਆਪਸ਼ਨ ਸੀ, ਯਾਨੀ ਕਿ ਰਾਣੀ ਜਿੰਦਾ ਨੂੰ ਪੰਜਾਬ ਦਾ ਪ੍ਰਤੀਨਿਧ ਬਣਾਇਆ ਗਿਆ ਸੀ ਲਾਹੌਰ ਟ੍ਰੀਟੀ ਦੁਆਰਾ। ਨੈਕਸਟ ਕੁਐਸਚਨ ਇਜ਼ ਕਿ ਨਾਮਧਾਰੀ ਜਿਹੜਾ ਹੈ ਮਿਸ਼ਨ ਉਸ ਨੂੰ ਕਿਸ ਹੋਰ ਨਾਮ ਨਾਲ ਜਾਣਿਆ ਜਾਂਦਾ? ਤਾਂ ਆਪਸ਼ਨ ਏ ਹੈ ਕੂਕਾ ਮੂਵਮੈਂਟ, ਆਪਸ਼ਨ ਬੀ ਖਿਲਾਫਤ ਮੂਵਮੈਂਟ, ਆਪਸ਼ਨ ਸੀ ਰਾਧਾ ਸਵਾਮੀ ਮੂਵਮੈਂਟ ਜਾਂ ਆਪਸ਼ਨ ਡੀ ਸਤਵਾਰੀ ਮੂਵਮੈਂਟ। ਤਾਂ ਤੁਹਾਡਾ ਜਿਹੜਾ ਆਂਸਰ ਹੈ ਦੈਟ ਇਜ਼ ਆਪਸ਼ਨ ਏ, ਕੂਕਾ ਮੂਵਮੈਂਟ। ਨੈਕਸਟ ਕੁਐਸਚਨ ਹੈ ਜੀ ਕਿ ਜਿਹੜਾ ਕੂਕਾ ਮੂਵਮੈਂਟ ਹੈ ਉਹਦੇ ਜਿਹੜੇ ਹੈੱਡ ਸਨ ਉਹ ਕੌਣ ਸਨ? ਆਪਸ਼ਨ ਏ ਰਾਮ ਸਿੰਘ, ਆਪਸ਼ਨ ਬੀ ਦਇਆ ਰਾਮ, ਆਪਸ਼ਨ ਸੀ ਸੋਹਣ ਸਿੰਘ, ਆਪਸ਼ਨ ਡੀ ਲਾਲਾ ਹਰਦਿਆਲ। ਤਾਂ ਤੁਹਾਡਾ ਜਿਹੜਾ ਆਂਸਰ ਹੈ ਦੋਸਤੋ ਉਹ ਹੈ ਆਪਸ਼ਨ ਏ, ਯਾਨੀ ਕਿ ਰਾਮ ਸਿੰਘ। ਆਪਸ਼ਨ ਡੀ ਦੇ ਵਿੱਚ ਲਾਲਾ ਹਰਦਿਆਲ ਹਨ ਜੋ ਉਹ ਦੋਸਤੋ ਗਦਰ ਪਾਰਟੀ ਦੇ ਨਾਲ ਸੰਬੰਧਿਤ ਹਨ। ਇਹ ਗਦਰ ਪਾਰਟੀ ਦੇ ਫਾਊਂਡਰਸ ਦੇ ਵਿੱਚੋਂ ਇੱਕ ਹਨ ਲਾਲਾ ਹਰਦਿਆਲ। ਤਾਂ ਪਰੰਤੂ ਇਸ ਕੁਐਸਚਨ ਦੇ ਵਿੱਚ ਜਿਹੜਾ ਤੁਹਾਡਾ ਆਂਸਰ ਹੈ ਦੈਟ ਇਜ਼ ਆਪਸ਼ਨ ਏ, ਯਾਨੀ ਕਿ ਸਤਿਗੁਰੂ ਰਾਮ ਸਿੰਘ। ਨੈਕਸਟ ਕੁਐਸਚਨ ਇਜ਼ ਕਿ ਕਿਸ ਗੁਰੂ ਸਾਹਿਬਾਨ ਨੇ ਜਿਹੜਾ ਸੀ ਮਸੰਦ ਸਿਸਟਮ ਇੰਟਰੋਡਿਊਸ ਕੀਤਾ ਸੀ? ਤਾਂ ਉਹਦੇ ਲਈ ਤੁਹਾਡੀਆਂ ਆਪਸ਼ਨਸ ਨੇ ਗੁਰੂ ਰਾਮਦਾਸ ਜੀ, ਆਪਸ਼ਨ ਬੀ ਗੁਰੂ ਅਰਜਨ ਦੇਵ ਜੀ, ਆਪਸ਼ਨ ਸੀ ਗੁਰੂ ਅੰਗਦ ਦੇਵ ਜੀ, ਆਪਸ਼ਨ ਡੀ ਗੁਰੂ ਅਮਰਦਾਸ ਜੀ। ਤਾਂ ਜਿਹੜਾ ਤੁਹਾਡਾ ਆਂਸਰ ਹੈ ਦੋਸਤੋ ਉਹ ਹੈ ਆਪਸ਼ਨ ਬੀ, ਯਾਨੀ ਕਿ ਗੁਰੂ ਅਰਜਨ ਦੇਵ ਜੀ। ਨੈਕਸਟ ਕੁਐਸਚਨ ਹੈ ਦੋਸਤੋ ਫਤਿਹ ਬੁਰਜ ਯਾਨੀ ਕਿ ਵਿਕਟਰੀ ਟਾਵਰ ਜਿਹਨੂੰ ਕਹਿ ਦਿੰਦੇ ਹਾਂ, ਫਤਿਹ ਬੁਰਜ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤ ਦੀ ਯਾਦ ਦੇ ਵਿੱਚ ਬਣਾਇਆ ਗਿਆ ਦੋਸਤੋ ਪੰਜਾਬ ਸਰਕਾਰ ਦੁਆਰਾ। ਤਾਂ ਇਹ ਕਿਸ ਸਿਟੀ ਦੇ ਵਿੱਚ ਬਣਾਇਆ ਗਿਆ? ਤਾਂ ਇਹਦੇ ਲਈ ਤੁਹਾਡੇ ਆਪਸ਼ਨ ਹੈ ਆਪਸ਼ਨ ਏ ਮੋਹਾਲੀ, ਆਪਸ਼ਨ ਬੀ ਅੰਮ੍ਰਿਤਸਰ, ਆਪਸ਼ਨ ਸੀ ਅਨੰਦਪੁਰ ਸਾਹਿਬ, ਆਪਸ਼ਨ ਡੀ ਪਟਿਆਲਾ। ਤਾਂ ਇਹਦੇ ਲਈ ਤੁਹਾਡਾ ਆਂਸਰ ਹੈ ਦੋਸਤੋ ਆਪਸ਼ਨ ਏ, ਯਾਨੀ ਕਿ ਮੋਹਾਲੀ ਦੇ ਵਿੱਚ ਇਹ ਚੱਪੜਚਿੜੀ ਦੇ ਸਥਾਨ ਤੇ ਜਿੱਥੇ ਯੁੱਧ ਹੋਇਆ ਸੀ ਉੱਥੇ ਜਿਹੜਾ ਹੈ ਫਤਿਹ ਬੁਰਜ ਬਣਾਇਆ ਹੋਇਆ ਦੋਸਤੋ। ਨੈਕਸਟ ਕੁਐਸਚਨ ਹੈ ਕਿ ਪਹਿਲਾ ਪੰਜਾਬੀ ਨੋਵਲਿਸਟ ਜਿਹਨੂੰ ਕਿ ਜਨਨ ਪੀਠ ਅਵਾਰਡ ਦੇ ਨਾਮ ਨਾਲ ਸਨਮਾਨਿਆ ਗਿਆ ਸੀ ਉਹ ਕੌਣ ਨੇ ਪੰਜਾਬੀ ਨੋਵਲਿਸਟ? ਤਾਂ ਇਹਦੇ ਲਈ ਤੁਹਾਡੀਆਂ ਆਪਸ਼ਨਾਂ ਹੈਗੀਆਂ ਜੀ, ਆਪਸ਼ਨ ਏ ਨਾਨਕ ਸਿੰਘ, ਆਪਸ਼ਨ ਬੀ ਗੁਰਦਿਆਲ ਸਿੰਘ, ਆਪਸ਼ਨ ਸੀ
ਗੁਰਦਿਆਲ ਦੁੱਗਲ ਜਾਂ ਆਪਸ਼ਨ ਡੀ ਨਾਨਕ ਦੁੱਗਲ। ਤਾਂ ਇਹਦਾ ਜਿਹੜਾ ਆਂਸਰ ਹੈ ਦੈਟ ਇਜ਼ ਆਪਸ਼ਨ ਬੀ, ਯਾਨੀ ਕਿ ਗੁਰਦਿਆਲ ਸਿੰਘ ਜੋ ਨਾਵਲਕਾਰ ਹਨ ਉਹਨਾਂ ਨੂੰ ਪਹਿਲੇ ਪੰਜਾਬੀ ਨਾਵਲਕਾਰ ਹਨ ਜਿਨ੍ਹਾਂ ਨੂੰ ਜਨਮਪੀਠ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਦੋਸਤੋ ਇੱਥੇ ਇਹ ਕੁਐਸਚਨ ਇਸ ਲਈ ਇੰਪੋਰਟੈਂਟ ਹੋ ਜਾਂਦਾ ਕਿਉਂਕਿ ਪਿੱਛੇ ਜਿਹੜੇ ਨਾਵਲਕਾਰ ਗੁਰਦਿਆਲ ਸਿੰਘ ਹਨ ਉਹਨਾਂ ਦਾ ਜੋ ਸੀ ਦੇਹਾਂਤ ਹੋ ਗਿਆ ਸੀ, ਤਾਂ ਇਹ ਤੁਸੀਂ ਯਾਦ ਰੱਖਣਾ, ਹੋ ਸਕਦਾ ਇਹਦੇ ਬਾਰੇ ਕੁਐਸਚਨ ਜਿਹੜਾ ਹੈ ਪੇਪਰ ਦੇ ਵਿੱਚ ਆ ਜਾਵੇ। ਨੈਕਸਟ ਕੁਐਸਚਨ ਇਜ਼ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਹੈ ਜਿਹੜੀ ਨਹੀਂ ਪਾਈ ਜਾਂਦੀ। ਤਾਂ ਇਹਦੇ ਲਈ ਤੁਹਾਡੀਆਂ ਆਪਸ਼ਨ ਹਨ, ਆਪਸ਼ਨ ਏ ਡੈਜ਼ਰਟ ਸੋਇਲ, ਆਪਸ਼ਨ ਬੀ ਲੋਮੀ ਸੋਇਲ, ਆਪਸ਼ਨ ਸੀ ਬਲੈਕ ਸੋਇਲ ਜਾਂ ਆਪਸ਼ਨ ਡੀ ਨਨ ਆਫ ਦੀਜ਼। ਤਾਂ ਇਹਦੇ ਲਈ ਜਿਹੜਾ ਤੁਹਾਡਾ ਆਂਸਰ ਹੈ ਉਹ ਹੈ ਆਪਸ਼ਨ ਸੀ, ਯਾਨੀ ਕਿ ਬਲੈਕ ਸੋਇਲ ਜਾਂ ਕਾਲੀ ਮਿੱਟੀ ਜੋ ਹੈ ਉਹ ਪੰਜਾਬ ਦੇ ਜਿਹੜੇ ਖੇਤਰ ਦੇ ਵਿੱਚ ਨਹੀਂ ਪਾਈ ਜਾਂਦੀ। ਇਸ ਤੋਂ ਨੈਕਸਟ ਕੁਐਸਚਨ ਹੈ ਜੀ ਕਿ SGPC ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਸੀ ਉਹ ਕੌਣ ਸੀ। ਇਹ ਕੁਐਸਚਨ ਵੀ ਇੱਥੇ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਰੀਸੈਂਟਲੀ ਜਿਹੜੇ SGPC ਦੀ ਜਿਹੜਾ ਪ੍ਰੈਜ਼ੀਡੈਂਟ ਆ ਉਹਦੀ ਇਲੈਕਸ਼ਨ ਦੁਬਾਰਾ ਹੋਈ ਹੈ, ਤੇ ਜਿਹੜੇ ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੂੰ ਹੁਣ SGPC ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਤਾਂ ਇਸ ਕਰਕੇ ਇੱਥੇ ਕੁਐਸਚਨ ਇੰਪੋਰਟੈਂਟ ਹੋ ਜਾਂਦਾ, ਹੋ ਸਕਦਾ ਹੈ ਇਹਦੇ ਨਾਲ SGPC ਨਾਲ ਰਿਲੇਟਡ ਤੁਹਾਨੂੰ ਕੁਛ ਕੁਐਸਚਨ ਜਿਹੜਾ ਹੈ ਉਹ ਆ ਜਾਵੇ। ਤਾਂ ਇਸ ਕੁਐਸਚਨ ਦੇ ਲਈ ਤੁਹਾਡੀਆਂ ਆਪਸ਼ਨਸ ਨੇ, ਆਪਸ਼ਨ ਏ ਮਾਸਟਰ ਤਾਰਾ ਸਿੰਘ, ਆਪਸ਼ਨ ਬੀ ਬਾਬਾ ਖੜਕ ਸਿੰਘ, ਆਪਸ਼ਨ ਸੀ ਸਰਦਾਰ ਬਲਦੇਵ ਸਿੰਘ, ਆਪਸ਼ਨ ਡੀ ਬਾਬਾ ਸੋਹਣ ਸਿੰਘ। ਤਾਂ ਇਹਦਾ ਆਂਸਰ ਹੈ ਦੋਸਤੋ ਆਪਸ਼ਨ ਬੀ, ਯਾਨੀ ਕਿ ਬਾਬਾ ਖੜਕ ਸਿੰਘ ਜੀ ਜੋ ਸੀ ਉਹ SGPC ਦੇ ਪਹਿਲੇ ਪ੍ਰੈਜ਼ੀਡੈਂਟ ਬਣੇ। ਦੋਸਤੋ SGPC ਦੇ ਹੁਣੇ ਜੇ ਇਲੈਕਸ਼ਨ ਹੋ ਕੇ ਹਟੇ ਆ, SGPC ਦੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਹੀਂ, SGPC ਦੇ ਜਿਹੜਾ ਪ੍ਰੈਜ਼ੀਡੈਂਟ ਆ ਉਹਦੀ ਚੋਣ ਹੋ ਕੇ ਹਟੀ ਆ, ਤਾਂ ਪੰਜਾਬ GK ਦੇ ਪਾਰਟ ਦੇ ਵਿੱਚ ਵੀ ਸ਼ਾਇਦ SGPC ਬਾਰੇ ਕਵਰ ਕਰਨਾ ਰਹਿ ਗਿਆ ਸੀ, ਤਾਂ ਮੈਂ ਤੁਹਾਨੂੰ ਬਰੀਫ ਜੀ ਜਾਣਕਾਰੀ ਹੁਣ ਦੇ ਦਿੰਦਾ ਇਹਦੇ ਬਾਰੇ। ਦੋਸਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ SGPC ਜੋ ਹੈ ਉਹ ਇਸ ਮੰਤਵ ਦੇ ਲਈ ਬਣਾਈ ਗਈ ਸੀ ਕਿਉਂਕਿ ਜੋ ਗੁਰਦੁਆਰਾ ਸਾਹਿਬ ਸਨ ਪਹਿਲਾਂ ਉਹ ਮਹੰਤਾਂ ਦੇ ਕਬਜ਼ੇ ਦੇ ਵਿੱਚ ਸਨ, ਤਾਂ ਮਹੰਤ ਜੋ ਸਨ ਉਸ ਟਾਈਮ ਉਹ ਗੁਰਮਰਿਆਦਾ ਨੂੰ ਜੋ ਇੱਕ ਤਰ੍ਹਾਂ ਭੰਗ ਕਰ ਰਹੇ ਸਨ, ਤਾਂ ਜਿਹੜੇ ਪੰਥ ਦੇ ਚਿੰਤਕ ਸੀਗੇ ਬੰਦੇ ਉਹਨਾਂ ਨੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਗੁਰਦੁਆਰਿਆਂ ਨੂੰ ਜੋ ਮਹੰਤਾਂ ਦੇ ਕਬਜ਼ੇ ਚੋਂ ਛੁਡਾਇਆ ਜਾਵੇ। ਤਾਂ ਇਸ ਕਰਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਠਨ ਕੀਤਾ 1920 ਈਸਵੀ ਦੇ ਵਿੱਚ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਇਸ ਨੂੰ ਕਨਸਟੀਟਿਊਸ਼ਨਲੀ ਇੱਕ ਤਰ੍ਹਾਂ ਦਾ ਐਕਟ ਪਾਸ ਕਰ ਦਿੱਤਾ ਗਿਆ ਇਹਦੇ ਰਿਗਾਰਡਿੰਗ। ਤਾਂ 1925 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਜਿਹੜਾ ਸੀ ਉਸ ਦੇ ਰਿਗਾਰਡਿੰਗ ਇੱਕ ਐਕਟ ਪਾਸ ਹੋਇਆ, ਸਿੱਖ ਗੁਰਦੁਆਰਾ ਐਕਟ 1925, ਠੀਕ ਹੈ ਜੀ, 1 ਨਵੰਬਰ 1925 ਨੂੰ। ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀਆਂ ਮੂਵਮੈਂਟਸ ਕੀਤੀਆਂ ਸੀਗੀਆਂ ਮਹੰਤਾਂ ਦੇ ਕਬਜ਼ੇ ਜੋ ਗੁਰਦੁਆਰਿਆਂ ਨੂੰ ਛੁਡਾਉਣ ਬਾਰੇ, ਉਹ ਮੂਵਮੈਂਟਸ ਵੀ ਇਸ ਪ੍ਰਕਾਰ ਹਨ ਵੀ ਜਿਵੇਂ ਗੁਰੂ ਕਾ ਬਾਗ ਮੋਰਚਾ ਹੋ ਗਿਆ, ਠੀਕ ਹੈ ਜੀ, ਭੁੱਕੇ ਵਾਲੀ ਵਿਲੇਜ ਆ ਇੱਕ ਅੰਮ੍ਰਿਤਸਰ ਦੇ ਵਿੱਚ, ਉੱਥੇ ਲਾਇਆ ਸੀ ਮੋਰਚਾ, ਫਿਰ ਜੈਤੋ ਮੋਰਚਾ। ਤਾਂ ਇਸ ਤਰ੍ਹਾਂ ਦੇ ਜਿਹੜੇ ਮੋਰਚੇ ਸੀ ਉਹਨਾਂ ਨੇ ਮਤਲਬ ਕਿ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ 'ਚ ਛੁਡਾਉਣ ਲਈ ਲਾਏ ਸਨ। ਤਾਂ ਮੇਨ ਮਕਸਦ ਇਹ ਸੀ ਕਿ ਗੁਰੂ ਘਰਾਂ ਦੀ ਸਾਂਭ ਸੰਭਾਲ ਜੋ ਸੀ ਉਹ ਮਤਲਬ ਕਿ ਉਹ ਯਾਨੀ ਕਿ ਸਿੱਖ ਸੰਗਤ ਦੁਆਰਾ ਗੁਰਮਰਿਆਦਾ ਦੇ ਤਹਿਤ ਕੀਤੀ ਜਾ ਸਕੇ। ਤਾਂ ਇਹਦੇ ਵਿੱਚ ਤੁਸੀਂ ਇਹੀ ਯਾਦ ਰੱਖਣਾ ਕਿ 1920 ਨੂੰ ਜਿਹੜਾ ਸੀ SGPC ਦਾ ਗਠਨ ਹੋਇਆ ਸੀ ਤੇ 1925 ਨੂੰ ਇਹਦਾ ਐਕਟ ਪਾਸ ਹੋ ਗਿਆ ਸੀ, ਸਿੱਖ ਗੁਰਦੁਆਰਾ ਐਕਟ। ਇਹ ਦੋ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਅਗਲਾ ਕੁਐਸਚਨ ਹੈ ਦੋਸਤੋ ਕਿ ਪੰਜਾਬ ਦਾ ਜਿਹੜਾ ਬ੍ਰਿਟਿਸ਼ ਰੂਲ ਦੇ ਵਿੱਚ ਜਿਹੜਾ ਐਨੈਕਸੇਸ਼ਨ ਹੈ ਯਾਨੀ ਕਿ ਬ੍ਰਿਟਿਸ਼ ਰੂਲ ਦੇ ਵਿੱਚ ਪੰਜਾਬ ਨੂੰ ਕਦੋਂ ਮਿਲਾ ਲਿਆ ਗਿਆ ਸੀਗਾ। ਤਾਂ ਇਹਦੇ ਲਈ ਤੁਹਾਡੀਆਂ ਆਪਸ਼ਨ ਹੈ, ਆਪਸ਼ਨ ਏ 1829 ਦੇ ਵਿੱਚ, ਆਪਸ਼ਨ ਬੀ 1849 ਦੇ ਵਿੱਚ, ਆਪਸ਼ਨ ਸੀ 1839 ਦੇ ਵਿੱਚ, ਜਾਂ ਆਪਸ਼ਨ ਡੀ 1859 ਦੇ ਵਿੱਚ। ਤਾਂ ਤੁਹਾਡਾ ਜਿਹੜਾ ਆਂਸਰ ਹੈ ਉਹ ਹੈ ਆਪਸ਼ਨ ਬੀ, ਯਾਨੀ ਕਿ 1849 ਈਸਵੀ ਦੇ ਵਿੱਚ ਜਿਹੜਾ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ ਸੀ। ਅਗਲਾ ਕੁਐਸਚਨ ਹੈ ਦੋਸਤੋ ਕਿ ਰਾਜੀਵ ਲੌਂਗੋਵਾਲ ਸਮਝੌਤਾ ਜਾਂ ਰਾਜੀਵ ਲੌਂਗੋਵਾਲ ਅਕਾਰਡ ਜਿਹਨੂੰ ਕਹਿ ਦਿੰਦੇ ਆ, ਪੰਜਾਬ ਅਕਾਰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਉਹ ਕਦੋਂ ਸਾਈਨ ਹੋਇਆ ਸੀ। ਤਾਂ ਉਹਦੇ ਲਈ ਤੁਹਾਡੀਆਂ ਆਪਸ਼ਨਸ ਨੇ, ਆਪਸ਼ਨ ਏ 1984 ਦੇ ਵਿੱਚ, ਆਪਸ਼ਨ ਬੀ 1999 ਦੇ ਵਿੱਚ, ਆਪਸ਼ਨ ਸੀ 1966 ਵਿੱਚ, ਜਾਂ ਆਪਸ਼ਨ ਡੀ 1985 ਦੇ ਵਿੱਚ। ਤਾਂ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਦੋਸਤੋ ਉਹ 1985 ਦੇ ਵਿੱਚ ਹੋਇਆ ਸੀ, ਇਸ ਕਰਕੇ ਜਿਹੜਾ ਤੁਹਾਡਾ ਆਂਸਰ ਹੈ ਉਹ ਹੈ ਜੀ ਆਪਸ਼ਨ ਡੀ 1985। ਨੈਕਸਟ ਕੁਐਸਚਨ ਹੈ ਦੋਸਤੋ
कि SGPC पंजाब दे विच कदों एस्टैबलिश हुई सी, यानी कि श्रोमणी गुरुद्वारा प्रबंधक कमेटी कदों होंद विच आई सी। तो ऑप्शन ए 1970, ऑप्शन बी 1920, ऑप्शन सी 1922, ऑप्शन डी 1924। जिवें कि दोस्तों मैं तुहानूं पहलां दस के हटिया कि SGPC जो है 1920 दे विच होंद विच आई सी, तां इस करके जिहड़ा तुहाडा आंसर है वह है ऑप्शन बी, यानी कि 1920। अगला क्वेश्चन है दोस्तों, पंजाब की जिहड़ी सब तो वड्डी अनाज मंडी है वह कित्थे स्थित है? तो इहदे लई तुहाडे ऑप्शन ने, ऑप्शन ए मरिंडा, ऑप्शन बी मानसा, ऑप्शन सी कोटकपूरा, ऑप्शन डी खन्ना। तो दोस्तों खन्ना मंडी है जो वह पंजाब की सब तो वड्डी, बल्कि एशिया की सब तो वड्डी जिहड़ी अनाज मंडी है। जिहड़ा तुहाडा ऑप्शन, जिहड़ा तुहाडा आंसर है वह है ऑप्शन डी, यानी कि खन्ना मंडी। अगला क्वेश्चन है दोस्तों, पंजाब की कौन पहली पोएटस या कवित्री है जिन्हों जनन पीठ अवार्ड के नाल सम्मानित किया गया सी? तो उसके लिए ऑप्शन ने, ऑप्शन ए अमृता शेरगिल, ऑप्शन बी अमृता प्रीतम, ऑप्शन सी दलीप कौर टिवाणा, ऑप्शन डी शर्मिला पांडे। तो जिहड़ा आंसर है तुहाडा वो है ऑप्शन बी, यानी कि अमृता प्रीतम। अमृता प्रीतम नूं सब तो अमृता प्रीतम सब तो पहली कवित्री है पंजाब दी जिन्हों जनन पीठ अवार्ड के नाल सम्मानित किया गया सी। अमृता शेरगिल जो सन दोस्तों वो एक बेहतरीन चित्रकार यानी कि पेंटर सन, ये दलीप कौर टिवाणा जो हैं वो नावलकार हैं। तो जिहड़ा तुहाडा आंसर है वो ऑप्शन बी है, यानी कि अमृता प्रीतम नूं जनन पीठ अवार्ड के नाल सम्मानित किया गया सी। अगला क्वेश्चन है दोस्तों, पंजाब का जिहड़ा पुरातन नाम है वो की सी? तो ऑप्शन ए सप्त सिंधु, ऑप्शन बी सप्तऋषि, ऑप्शन सी सप्त आब, या ऑप्शन डी पंजाब। तो जिहड़ा तुहाडा आंसर है दोस्तों वो है ऑप्शन ए, यानी कि सप्त सिंधु। तो पंजाब का जिहड़ा पुरातन नाम है वो सप्त सिंधु है दोस्तों, क्योंकि सत्त दरिया इत्थे पहलां होया करदे सन। ये भी मैं तुहानूं पंजाब जीके दी जिहड़ी वीडियो है पहलां उहदे विच दस चुक्या जी। अगे है दोस्तों, पंजाब का जिहड़ा मैनचेस्टर है वो किस नूं कहा जाता है, किस शहर नूं पंजाब का मैनचेस्टर कहा जाता है? तो ऑप्शन ए जलंधर, ऑप्शन बी लुधियाना, ऑप्शन सी चंडीगढ़, ऑप्शन डी अमृतसर। तो जिहड़ा तुहाडा आंसर है दोस्तों वो है ऑप्शन बी लुधियाना, लुधियाने शहर नूं पंजाब का जिहड़ा है मैनचेस्टर कहा जाता है। नैक्सट क्वेश्चन है, यादविंद्रा गार्डन कि जगह पर स्थित है दोस्तों? तो ऑप्शन ए है पटियाला, ऑप्शन बी नाभा, ऑप्शन सी पिंजौर, ऑप्शन डी संगरूर। तो यादविंद्रा गार्डन जो है दोस्तों वो पिंजौर के स्थित है, पिंजौर हरियाणा के स्थित है। तो जिहड़ा तुहाडा आंसर है वो है ऑप्शन सी, यानी कि पिंजौर। अगला क्वेश्चन है दोस्तों कि पेप्सू की जिहड़ी कैपिटल वो की सी? पेप्सू यानी कि पंजाब एंड पटियाला एंड ईस्ट पंजाब स्टेट्स यूनियन, पेप्सू एक ग्रुप बनया सी प्रिंसली स्टेट्स का। तो यदि जी कैपिटल वो कि होया करती सी? तो पेप्सू बारे मैं थोड़ा दोस्तों थोड़ी जानकारी दे देना कि प्रिंसली स्टेट यानी कि जोड़े रजवाड़े सके, प्रिंसली स्टेट से उन्होंने एक ग्रुप बनया आजादी तो बाद, या मतलब कि 1948 के पेप्सू होंद आया सी। तो जोड़े प्रिंसली स्टेट जिमें पटियाला, नाभा, जींद, मलेरकोटला, फरीदकोट, ते हिमाचल का एक शहर सी नालागढ़ शायद। तो इदा करके 8 स्टेट से जोड़े इन्होंने इकट्ठे होकर एक यूनियन बनाई सी। तो इस पटियाला एंड ईस्ट पंजाब स्टेट्स यूनियन यानी कि PEPSU पेप्सू के नाम दिता गया सी। तो इसकी कैपिटल जी कि होया करती सी? तो यदि कैपिटल दोस्तों पटियाला होया करती सी, क्योंकि पटियाला उस टाइम तक एक प्रोमीनेंट जी रियासत सी। तो इस करके जी कैपिटल सी वो पटियाला ही सी, ते राज प्रमुख भी पटियाला दे राजा ही होया करते सन उदों। इसलिए इहदियां ऑप्शन देने की लोड़ ही नहीं, इहदा आंसर मैं तुहानूं वैसे ही डायरैक्टली दस ही दिता है कि इहदा आंसर है पटियाला। अगला क्वेश्चन है दोस्तों, पंजाब के ज्यादातर हिस्से दे विच किस तरह की जिहड़ी मिट्टी है वह पाई जाती है? ऑप्शन ए है अलूवियल सोयल, ऑप्शन बी डेजर्ट सोयल, ऑप्शन सी ग्रासी लैंड, ऑप्शन डी नन ऑफ दीज। तो क्योंकि पंजाब पंज दरियावां की धरती है दोस्तों, इस तो अलावा पंजाब दे विच कई सारियां जिहड़ियां सिंचाई लई नहरां भी कढ़ियां गईयां, तो पंज दरियावां की धरती होण करके जाहिर जी गल है वी कि दरियाई मिट्टी इत्थे ज्यादातर पाई जाती होवेगी। तो इस करके जिहड़ा तुहाडा आंसर है वह है ऑप्शन ए, यानी कि अलूवियल सोयल।
अगला क्वेश्चन है दोस्तों, सुखमनी साहब की जिहड़ी रचना वो किस गुरु साहबान ने की सी? ऑप्शन ए है जी गुरु तेग बहादुर जी, ऑप्शन बी गुरु अर्जन देव जी, ऑप्शन सी गुरु रामदास जी, ऑप्शन डी गुरु गोबिंद सिंह जी। तो जो सुखमनी साहब का पाठ है उसकी रचना गुरु अर्जन देव जी ने की है, तो जो आंसर है वह है ऑप्शन बी यानी कि गुरु अर्जन देव जी। अगे दोस्तों, पंजाब का जो स्टेट ट्री है वो केड़ा दरख्त, पंजाब का जो स्टेट ट्री है केड़ा दरख्त मनिया जाता है? तो ऑप्शन ए शीशम यानी कि टाली, ऑप्शन बी देवदार, ऑप्शन सी बनियान ट्री यानी कि बोर्ड का दरख्त, या ऑप्शन डी मैपल ट्री। तो यह आंसर है दोस्तों शीशम यानी कि टाली है जोड़ा वो अपना स्टेट ट्री है। तो नेक्स्ट क्वेश्चन है, पंजाब का स्टेट एनीमल केड़ा है? तो पंजाब का स्टेट एनीमल के लिए थोड़ी ऑप्शन है ऑप्शन ए टाइगर, ऑप्शन बी काओ, ऑप्शन सी एलीफेंट, या ऑप्शन डी ब्लैक बक। तो यह आंसर है दोस्तों ऑप्शन डी ब्लैक बक जोड़ा है वो पंजाब का स्टेट एनीमल है। पंजाब का स्टेट बर्ड केड़ा दोस्तों? तो ऑप्शन ए बाज, ऑप्शन बी पीकॉक, ऑप्शन सी स्पैरो, ऑप्शन डी पैरट। तो ये है जी बाज जो है पंजाब का स्टेट बर्ड है, तो यह आंसर है ऑप्शन ए। अगला क्वेश्चन है दोस्तों, पंजाब के किहड़े शहर नूं सिफती का घर कहा जाता है? तो ऑप्शन ए है जी अमृतसर, ऑप्शन बी जलंधर, ऑप्शन सी दमदमा साहब, ऑप्शन डी आनंदपुर साहब। तो इसका आंसर है जी ऑप्शन ए यानी कि अमृतसर, अमृतसर सिफती का घर। तो इसका आंसर है जी ऑप्शन ए। नेक्स्ट क्वेश्चन है दोस्तों, पंजाब दे विच किन्नियां लोक सभा जिहड़ियां सीटां ने? तो ऑप्शन ए 9, ऑप्शन बी 10 सीटां, ऑप्शन सी 14 सीटां, ऑप्शन डी 13 सीटा। तो यह आंसर है दोस्तों पंजाब दे विच 13 लोक सभा सीटा, तो जो आंसर है वह है ऑप्शन डी यानी कि 13। नेक्स्ट है, पंजाब दे विच किन्नियां विधानसभा जिहड़ियां सीटा हैं? तो क्योंकि वोटा हुण पैण वाली दोस्तों हो सकता तुहानू इस क्वेश्चन के बारे पुछ लिया जाए पेपर के विच, तो तुहाडियां ऑप्शन ने ऑप्शन ए 112, ऑप्शन बी 107, ऑप्शन सी 113, ऑप्शन डी 117। तो दोस्तों पंजाब दे विच 117 जिहड़े विधानसभा सीटा यानी कि विधानसभा हल्के हैं, तो जो आंसर है वह है ऑप्शन डी यानी कि 117। अगला है दोस्तों, पंजाब दे विच राज्यसभा दे लई किन्नियां सीटा हैं? तो इहदे लई ऑप्शन ने ऑप्शन ए 9 सीटा, ऑप्शन बी 10 सीटा, ऑप्शन सी 7 सीटा, तो ऑप्शन डी 13 सीटा। जिहड़ा तुहाडा आंसर है वह है ऑप्शन सी यानी कि पंजाब दे विच 7 जिहड़ियां सीटा हैं वह राज्यसभा लई हैं। अगला क्वेश्चन है दोस्तों, 1805 दे विच महाराजा रणजीत सिंह ने अमृतसर से जित प्राप्त की सी, तो उस जित दे विच उसने किस मिसल नूं हराया सी? तो उहदे लई तुहाडे ऑप्शन ने ऑप्शन ए निहंग मिसल, ऑप्शन बी आलू वालिया मिसल, ऑप्शन सी अत्री मिसल, ऑप्शन डी भंगी मिसल। तो जिहड़ा तुहाडा आंसर है वह है ऑप्शन डी यानी कि भंगी मिसल। 1805 दे विच अमृतसर से भंगी मिसल का राज होया करता सी, ते महाराजा रणजीत सिंह ने भंगी मिसल नूं हरा के अमृतसर से जित प्राप्त की सी। अगला क्वेश्चन है दोस्तों, पंजाब का पहले चीफ मिनिस्टर कौन सन? ऑप्शन ए मिस्टर अजीत सिंह, ऑप्शन बी गुरमेल सिंह, ऑप्शन सी तोता सिंह, ऑप्शन डी गोपी चंद भार्गवा। तो आंसर है ऑप्शन डी गोपी चंद भार्गवा। गोपी चंद भार्गव जो सन वो पंजाब के पहले चीफ मिनिस्टर यानी कि मुख्यमंत्री सन। नेक्स्ट ते लास्ट क्वेश्चन है दोस्तों, पंजाब के जिहड़े फर्स्ट गवर्नर वो कौन सन? तो ऑप्शन ने बंसी लाल, ऑप्शन बी गोपी चंद, ऑप्शन डी अमर सिंह, या ऑप्शन ए चंदू लाल त्रिवेदी। तो जिहड़ा तुहाडा आंसर है दोस्तों वो है ऑप्शन ए मिस्टर चंदू लाल माधव लाल त्रिवेदी। तो दोस्तों ये सी पंजाब जीके दे नाल रिलेटेड कुछ MCQs जिन्हां दे बारे मैं तुहानूं जानकारी दित्ती है, क्योंकि तुसीं पंजाब एग्जाम पोर्टल नाल जुड़े हुए हो तो तुहानूं ये जान के बड़ी खुशी होगी दोस्तों कि इन्हां MCQs दे विच्चों 10 क्वेश्चन जिहड़ा कि हुणे पिछे 6 तरीक नूं पंजाब पुलिस दे ऑपरेटर्स लई पेपर होया सी, उहदे विच 10 क्वेश्चन जिहड़े बिल्कुल सीधे सीधे इन्हां MCQs दे विच्चों पाए हुए सी, जिन्हां दे विच्चों 5-6 क्वेश्चन जिहड़ियां अपनियां वीडियोज़ बना के पाईआं होईआं पंजाब GK वालीआं ते एग्रीकल्चर वालीआं उहनां दे विच्चों आए हुए सन। तां इही है दोस्तों, तुसीं साडे नाल जुड़े रहो, अपनी सपोर्ट दिंदे रहो, असीं कोशिश करदे रहांगे
ਵਧੀਆ ਤੋਂ ਵਧੀਆ ਕੰਟੈਂਟ ਜਿਹੜਾ ਹੈ ਤੁਹਾਡੇ ਲਈ ਲੈ ਕੇ ਆਈਏ। ਤਾਂ ਵੀਡੀਓ ਸੁਣਨ ਦੇ ਲਈ ਧੰਨਵਾਦ ਦੋਸਤੋ।